ਸਰ ਸਾਈਕਲ ਤਾਂ ਘਰ ਦੀਆਂ ਮਜਬੂਰੀਆਂ ਕਰਕੇ ਆਉਣਾ ਪੈਂਦਾ ਜੀ, ਚਲੋ ਜੀ ਹਜੇ ਮੋਟਰਸਾਈਕਲ ਲੈਣ ਦੇ ਹਾਲਾਤ ਨਹੀਂ ਹਨ ਜੀ, ਠੀਕ ਹੈ, ਅਤੇ ਮੈਂ ਬਸ ਇਸ ਕਰਕੇ ਸਾਈਕਲ 'ਤੇ ਆ ਗਏ ਆਪਾਂ ਆਪਣੇ 'ਤੇ। ਸਰ ਮੈਂ ਸਵੇਰੇ 8 ਵਜੇ ਚੱਲ ਪਏ ਸੀਗੇ ਜੀ, ਸੋ ਉਰੇ 12:30 ਵਜੇ ਪਹੁੰਚ ਗਏ ਸੀਗੇ ਮੈਂ, ਠੀਕ ਹੈ, ਅਤੇ 4-4.5 ਘੰਟਿਆਂ 'ਚ ਸਫ਼ਰ ਲੰਘ ਗਏ ਜੀ ਆਪਣੇ। ਫੀਸ ਕਿਵੇਂ ਭਰੀ ਤੁਸੀਂ ਇਸ ਦੀ? ਜਿਹੜੀ ਮੇਰੇ ਯਾਰ ਦੋਸਤ ਅਤੇ ਮੇਰੇ ਮਾਤਾ ਪਿਤਾ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਫੀਸ ਭਰਤੀ। ਪੂਰੇ ਭਾਰਤ ਵਿੱਚ ਅੱਜ ਸਟੇਟ ਬੈਂਕ ਆਫ ਇੰਡੀਆ ਦੀ ਕਲਰਕ ਦੀ ਭਰਤੀ ਚੱਲ ਰਹੀ ਹੈ। ਇਸ ਵਕਤ ਮੈਂ ਪਟਿਆਲਾ ਜ਼ਿਲ੍ਹਾ ਦੇ ਬਹਾਦਰਗੜ੍ਹ ਇਲਾਕੇ ਵਿਖੇ ਮੌਜੂਦ ਹਾਂ, ਜਿੱਥੇ ਕਿ SBI ਦੀ ਕਲੈਰੀਕਲ ਦੀ ਭਰਤੀ ਹੋ ਰਹੀ ਹੈ ਇੱਥੇ। ਸੋ ਉੱਥੇ ਇੱਕ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਖਾਤਰ ਉਸਨੇ ਸੁਨਾਮ ਤੋਂ ਪਟਿਆਲਾ ਤੱਕ ਦਾ ਸਫ਼ਰ ਜਿਹੜਾ ਹੈਗਾ ਸਾਈਕਲ 'ਤੇ ਕੀਤਾ ਹੈ। ਜੀ ਹਾਂ, ਚੰਗੇ ਭਵਿੱਖ ਦੀ ਰੇਸ 'ਚ ਸ਼ਾਮਿਲ ਹੋਣ ਲਈ ਸਾਈਕਲ ਚੱਕ ਲਿਆ ਗੱਭਰੂ ਨੇ, ਦੇਖ ਸਕਦੇ ਹੋ, ਤਾਂ ਕਿ ਇਸਦਾ ਵਧੀਆ ਭਵਿੱਖ ਬਣ ਜਾਵੇ। ਵੀਰ ਜੀ ਕੀ ਨਾਮ ਆ ਤੁਹਾਡਾ? ਅੰਮ੍ਰਿਤਪਾਲ ਸਿੰਘ ਮੇਰਾ ਨਾਮ ਆ ਜੀ, ਅਤੇ ਮੈਂ ਖੜਿਆਲ ਦਾ ਰਹਿਣ ਵਾਲਾ, ਸੁਨਾਮ ਦੇ ਲਾਗੇ ਮੇਰਾ ਪਿੰਡ ਹੈਗਾ ਜੀ। ਕਾਹਲੀ ਸੀ ਸਾਈਕਲ ਚੱਕ ਲੈਂਦਾ? ਸਰ ਸਾਈਕਲ ਤਾਂ ਘਰ ਦੀਆਂ ਮਜਬੂਰੀਆਂ ਕਰਕੇ ਆਉਣਾ ਪੈਂਦਾ ਜੀ, ਚਲੋ ਜੀ ਹਜੇ ਮੋਟਰਸਾਈਕਲ ਲੈਣ ਦੇ ਹਾਲਾਤ ਨਹੀਂ ਹਨ ਜੀ, ਠੀਕ ਹੈ, ਅਤੇ ਮੈਂ ਬਸ ਇਸ ਕਰਕੇ ਸਾਈਕਲ 'ਤੇ ਆ ਗਿਆ ਆਪਾਂ ਆਪਣੇ 'ਤੇ। ਠੀਕ ਹੈ। ਕਿੰਨੇ ਸਮੇਂ 'ਚ ਦੂਰੀ ਤੈਅ ਕੀਤੀ? ਸਰ ਮੈਂ ਸਵੇਰੇ 8 ਵਜੇ ਚੱਲ ਪਏ ਸੀਗੇ ਜੀ, ਸੋ ਉਰੇ 12:30 ਵਜੇ ਪਹੁੰਚ ਗਏ ਸੀਗੇ ਮੈਂ, ਠੀਕ ਹੈ, ਅਤੇ 4-4.5 ਘੰਟਿਆਂ 'ਚ ਸਫ਼ਰ ਲੰਘ ਗਏ ਜੀ ਆਪਣਾ। 4-4.5 ਘੰਟੇ ਤੁਸੀਂ ਇੱਥੇ ਪਹੁੰਚੋ, ਇੰਨਾ ਜਨੂੰਨ ਵੀ ਘਰ ਦੇ ਹਾਲਾਤ ਬਦਲਣ ਵਾਸਤੇ? ਹਾਂਜੀ ਸਰ, ਘਰ ਦੇ ਹਾਲਾਤ ਬਦਲਣ ਵਾਸਤੇ। ਫਿਰ ਫੀਸ ਕਿਵੇਂ ਭਰੀ ਤੁਸੀਂ ਇਸ ਦੀ? ਜਿਹੜੀ ਮੇਰੇ ਯਾਰ ਦੋਸਤ ਅਤੇ ਮੇਰੇ ਮਾਤਾ ਪਿਤਾ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਫੀਸ ਭਰਤੀ ਜੀ, ਅਤੇ ਉਹਨਾਂ ਦੇ ਸਹਿਯੋਗ ਨਾਲੇ ਆਪਣਾ ਵਧੀਆ ਕੰਮ ਹੋ ਰਿਹਾ ਜੀ। ਯਾਰਾਂ ਦੋਸਤਾਂ ਦੇ ਸਿਰ 'ਤੇ ਫੀਸ ਭਰਤੀ? ਹਾਂਜੀ। ਫਿਰ ਸਾਈਕਲ ਦੀ ਖੇਚਲਾ ਕਰਨ ਦੀ ਕੀ ਲੋੜ ਸੀ? ਉਹਨਾਂ ਤੋਂ ਸਾਧਨ ਮੰਗ ਲੈਂਦੇ ਕੋਈ ਮੋਟਰਸਾਈਕਲ ਜਾਂ ਗੱਡੀ? ਸਾਧਨ ਤਾਂ ਮੰਗ ਲੈਂਦੇ ਜੀ, ਉਹ ਦੇ ਵੀ ਦਿੰਦੇ, ਪਰ ਜੇ ਉਹ ਸਵਾਦ ਆਪਦੇ ਸਾਧਨ 'ਤੇ ਆਉਂਦਾ ਗਾ ਉਹ ਨਹੀਂ ਆਉਣਾ ਸੀਗਾ। ਜੇ ਫਰਕ ਪੈ ਜਾਂਦਾ ਯਾਰੀ ਦੋਸਤੀ 'ਚ? ਨਹੀਂ, ਫਰਕ ਤਾਂ ਨਹੀਂ ਪੈਂਦਾ ਜੀ, ਪਰ ਆਪਦੇ ਆਪ ਨੂੰ ਸ਼ਰਮ ਆਉਂਦੀ ਹੈਗੀ ਮੰਗਦੇ ਨੂੰ, ਵੀ ਜਿੱਥੇ ਉਹਨਾਂ ਨੇ ਇਜਾਜ਼ਤ ਨਹੀਂ ਦਿੰਦਾ ਇਸ ਦੀ ਵੀ ਕਿਸੇ ਤੋਂ ਸਾਧਨ ਮੰਗਿਆ ਜਾਵੇ। ਹਾਂਜੀ, ਜਦੋਂ ਮੰਨ ਲਓ ਬਾਬੇ ਨੇ ਚਾਹਿਆ ਤਾਂ ਆਪਾਂ ਆਪਣਾ ਮੋਟਰਸਾਈਕਲ ਜਾਂ ਗੱਡੀ ਵੀ ਲੈ ਲਾਂਗੇ, ਆਪਦੀ ਕਮਾਈ ਤੋਂ ਲਵਾਂਗੇ। ਠੀਕ ਹੈ, ਹੁਣ ਇਹ ਭਰਤੀ ਸਿਲੈਕਸ਼ਨ ਕਿੰਨੀ ਹੋ ਰਹੀ ਹੈ ਇਸ 'ਚ? ਇਸ ਦੇ ਵਿੱਚ ਸਰ 82-83 ਸਿਲੈਕਸ਼ਨ ਹੋਣਗੀਆਂ ਜੀ, ਅਤੇ ਉਹ ਦੇਖੋ ਜੇ ਬਾਬੇ ਨੇ ਮਿਹਰ ਕਰੀ ਤਾਂ ਆਪਣਾ ਨੰਬਰ ਵੀ ਆ ਸਕਦਾ ਗਾ ਜੀ। ਬਿਲਕੁਲ, ਹਾਂਜੀ, ਅਸੀਂ ਆਸ਼ਾ ਕਰਦੇ ਤੁਹਾਡਾ ਨੰਬਰ ਆਵੇ, 82-83 ਸਿਲੈਕਸ਼ਨ ਵਿੱਚ ਤੁਹਾਡਾ ਜ਼ਰੂਰ ਨਾਮ ਆਵੇ। ਸੋ ਤੁਹਾਡਾ ਇਗਜ਼ਾਮ ਕਦੋਂ ਹੋਣਾ? ਇਗਜ਼ਾਮ ਸਰ ਮੇਰਾ ਰਿਪੋਰਟਿੰਗ ਟਾਈਮ 1 ਵਜੇ ਹੈਗੀ ਜੀ, ਸੋ ਮੈਂ ਜਾਣਾ ਸੀਗਾ। ਅੱਛਾ, ਚਲੋ, ਬੈਸਟ ਆਫ ਲੱਕ ਤੁਹਾਨੂੰ, ਤੁਸੀਂ ਆਪਦਾ ਇਗਜ਼ਾਮ ਦਿਓ ਅਤੇ ਅਸੀਂ ਇੱਕ ਵਾਰੀ ਤੁਹਾਨੂੰ ਦੇਖਣਾ ਚਾਹੁੰਦੇ ਹਾਂ ਸਾਈਕਲ 'ਤੇ ਇਗਜ਼ਾਮ ਸੈਂਟਰ ਤੱਕ ਜਾਂਦੇ ਹੋਏ। ਸੋ ਦੇਖ ਸਕਦੇ ਹੋ, ਨੌਜਵਾਨ ਤਕਰੀਬਨ 65 ਕਿਲੋਮੀਟਰ ਦੀ ਦੂਰੀ ਜਿਹੜਾ ਹੈਗਾ ਆ ਸਾਈਕਲ 'ਤੇ ਤੈਅ ਕਰਾਇਆ, ਚੰਗੇ ਭਵਿੱਖ ਦੀ ਖਾਤਰ ਇਗਜ਼ਾਮ ਦੇਣ ਜਾ ਰਿਹਾ। ਸੋ ਦੇਖ ਸਕਦੇ ਹੋ, ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਕਈ ਇਹੋ ਜਿਹੇ ਨੌਜਵਾਨ ਜਿਹੜੇ ਆਲਸੀ ਹੋ ਗਏ ਨੇ, ਇੰਨੀ ਕੜਕ ਦੀ ਠੰਡ 'ਚ ਉਹ ਰਜਾਈਆਂ ਤੋਂ ਬਾਹਰ ਨਹੀਂ ਆਉਂਦੇ, ਉੱਥੇ ਇਹ ਨੌਜਵਾਨ 65 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆ ਸਿਰਫ ਚੰਗੇ ਭਵਿੱਖ ਦੀ ਖਾਤਰ ਕਿ ਮੇਰਾ ਸਿਲੈਕਸ਼ਨ ਹੋ ਜਾਵੇ ਤਾਂ ਮੈਂ ਇੱਕ ਕਲਰਕ ਦੀ ਜੋਬ ਮੈਨੂੰ ਮਿਲ ਜੂਗੀ, ਜਿਸਦੇ ਕਰਕੇ ਮੈਂ ਆਪਣੇ ਘਰ ਦੇ ਹਾਲਾਤ ਬਦਲ ਦੇਵਾਂਗਾ, ਆਰਥਿਕ ਸਥਿਤੀ ਦਾ ਪੱਧਰ ਜਿਹੜਾ ਹੈਗਾ ਉੱਚਾ ਚੱਕ ਸਕੂਗਾ। ਸੋ ਨੌਜਵਾਨ ਦੀ ਤਸਵੀਰ ਦੇਖ ਸਕਦੇ ਹੋ, ਸੈਂਟਰ 'ਚ ਦੇਖ ਸਕਦੇ ਹੋ, ਪੂਰਾ ਖਚਾ ਖਚ ਭਰਿਆ ਪਿਆ। ਸੋ ਇਹ ਤਸਵੀਰ ਜਿਹੜੀ ਹੈਗੀ ਇਹ ਪਟਿਆਲਾ ਜ਼ਿਲ੍ਹਾ ਦੇ ਬਹਾਦਰਗੜ੍ਹ ਦੀ ਹੈ। ਸੋ ਦੇਖ ਸਕਦੇ ਹੋ ਇਹ ਸੈਂਟਰ ਹੈ, ਇੱਥੇ ਇਗਜ਼ਾਮ ਹੋਣ ਜਾ ਰਿਹਾ, SBI ਦੀ ਕਲਰਕ ਦੀ ਜੋਬ ਸੰਬੰਧੀ ਇੱਥੇ ਇਗਜ਼ਾਮ ਹੋ ਰਿਹਾ। 82-83 ਜਿਹੜੇ ਹੈਗੇ ਕੈਂਡੀਡੇਟਸ ਦੀ ਸਿਲੈਕਸ਼ਨ ਹੋਊਗੀ। ਸੋ ਤਸਵੀਰਾਂ ਦੇਖ ਸਕਦੇ ਹੋ, ਸੋ ਇਹ ਨੌਜਵਾਨ ਇੱਕ ਮਿਸਾਲ ਵੀ ਬਣ ਕੇ ਸਾਹਮਣੇ ਆਇਆ ਜਿਹੜੇ ਉਹਨਾਂ ਨੌਜਵਾਨਾਂ ਲਈ ਜਿਹੜੇ ਕਿ ਹੱਡ ਹਰਾਮ ਬਣੇ ਪਏ ਨੇ।
ਪਾਣੀਗੜ੍ਹ ਤੋਂ ਰਾਜੀ ਸ਼ਰਮਾ, ਨਿਊਜ਼ 18 ਪੰਜਾਬ।